ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਰੂਵਾਰ ਨੂੰ ਹੋਈ ਬੈਠਕ ਉੱਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਆਪਣਾ ਪ੍ਰਤੀਕਰਮ ਦਿੱਤਾ। ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਅਸੀਂ ਉਹਨਾਂ ਤੇ ਪੂਰੀ ਤਰੀਕੇ ਨਾਲ ਕੰਮ ਕਰਾਂਗੇ। ਵਿਜ ਨੇ ਕਿਹਾ ਕਿ ਉਹਨਾਂ ਦੀ ਚਿੰਤਾ ਹਰਿਆਣਾ ਦੇ ਬਾਰਡਰ ਤੇ ਲੱਗੇ ਕਿਸਾਨਾਂ ਦੇ ਜਮਾਵੜੇ ਨੂੰ ਲੈ ਕੇ ਵੀ ਬਹੁਤ ਡੂੰਘੀ ਹੈ। ਅਸੀਂ ਉਹਨਾਂ ਕਿਸਾਨਾਂ ਨੂੰ ਵੀ ਕੋਰੋਨਾ ਤੋਂ ਬਚਾਉਣਾ ਚਾਹੁੰਦੇ ਹਾਂ, ਇਸ ਲਈ ਉਹ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੂੰ ਪੱਤਰ ਲਿਖਣ ਵਾਲੇ ਨੇ ਤਾਂ ਕਿ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਕਰਵਾਇਆ ਜਾ ਸਕੇ। ਵਿਜ ਨੇ ਅੱਗੇ ਕਿਹਾ ਕਿ ਗੱਲਬਾਤ ਨਾਲ ਹੀ ਕਿਸਾਨ ਅਤੇ ਸਰਕਾਰ ਦਾ ਸਮਾਧਾਨ ਨਿਕਲ ਸਕਦਾ ਹੈ। ਗੱਲਬਾਤ ਤੋਂ ਹੀ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਤੋਂ ਹਟਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸੋਨੀਪਤ ਵਿੱਚ ਕੁੰਡਲੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਵਿੱਚ ਬਿਮਾਰਾਂ ਦੀ ਤਾਦਾਦ ਦਿਨੋ ਦਿਨ ਵੱਧਦੀ ਜਾ ਰਹੀ ਹੈ। ਪਿਛਲੇ 5 ਦਿਨਾਂ ਵਿੱਚ 3 ਗੁਣਾ ਜ਼ਿਆਦਾ ਕਿਸਾਨ ਬਿਮਾਰ ਮਿਲੇ ਨੇ। ਇਹਨਾਂ ਵਿੱਚੋਂ ਅਧਿਕਤਰ ਖਾਂਸੀ, ਜ਼ੁਕਾਮ ਅਤੇ ਬੁਖਾਰ ਦੇ ਮਰੀਜ਼ ਨੇ। ਇਹਨਾਂ ਲੱਛਣਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਵਿੱਚ ਹੈ, ਕਿਉਂਕਿ ਕਿਸਾਨ ਕੋਰੋਨਾ ਜਾਂਚ ਵੀ ਨਹੀਂ ਕਰਾ ਰਹੇ ਨੇ। ਅਜਿਹੇ 'ਚ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਤੇ ਕੇਵਲ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਹੁਣ ਪਿਛਲੇ 5 ਦਿਨਾਂ ਤੋਂ ਹਾਲਾਤ ਇਹ ਹੋ ਗਏ ਨੇ ਕਿ ਕੁੰਡਲੀ ਬਾਰਡਰ ਤੇ ਰੋਜ਼ਾਨਾ ਕਰੀਬ 4,000 ਗੋਲੀਆਂ ਖਾਂਸੀ, ਜ਼ੁਕਾਮ ਅਤੇ ਬੁਖਾਰ ਲਈ ਵੰਡੀਆਂ ਜਾ ਰਹੀਆਂ ਨੇ। ਉੱਥੇ ਪ੍ਰਾਈਵੇਟ ਸੰਸਥਾਵਾਂ ਵੀ ਸ਼ਿਵਰ ਲਗਾ ਕੇ ਲਗਾਤਾਰ ਕਿਸਾਨਾਂ ਦਾ ਉਪਚਾਰ ਕਰ ਰਹੀਆਂ ਨੇ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇਸ ਪੂਰੇ ਪ੍ਰਤੀਕਰਮ ਉੱਤੇ ਆਪਣੇ ਕੀ ਬਿਆਨ ਸਾਂਝੇ ਕੀਤੇ ਨੇ। ਨਹੀਂ, ਬਿਲਕੁਲ, ਹਮ ਜੋ ਪ੍ਰਧਾਨ ਮੰਤਰੀ ਜੀ ਨੇ ਕੱਲ੍ਹ ਦਿਸ਼ਾ ਨਿਰਦੇਸ਼ ਦਿੱਤੇ ਹੈ, ਹਮ ਉਨ ਪਰ ਕੰਮ ਕਰੇਂਗੇ। ਔਰ ਜੋ ਜੋ ਉਹਨੇ ਵੈਕਸੀਨੇਸ਼ਨ ਕੇ ਲੀ 11 ਤਾਰੀਖ ਸੇ ਲੈ ਕੇ 14 ਤਾਰੀਖ ਤੱਕ ਗਹਿਨ ਵੈਕਸੀਨੇਸ਼ਨ ਅਭਿਆਨ ਚਲਾਣੇ ਕੀ ਬਾਤ ਕੀ ਹੈ, ਵੋ ਵੀ ਹਮ ਕਰੇਂਗੇ। ਔਰ ਜੋ ਉਹਨੇ ਕੋਰੋਨਾ ਕੋ ਰੋਕਣੇ ਕੇ ਲੀ ਕਹਾ ਹੈ, ਵੋ ਸਭ ਹਮ ਕਰੇਂਗੇ। ਹਮਨੇ ਹਦਾਇਤ ਦੇ ਰੱਖੀ ਹੈ, ਲੇਕਿਨ ਮੇਰੀ ਚਿੰਤਾ ਵੋ ਨਹੀਂ ਹੈ। ਮੇਰੀ ਚਿੰਤਾ ਵੋ ਹੈ ਕਿ ਜੋ ਹਰਿਆਣਾ ਕੇ ਬਾਰਡਰ ਕੇ ਉੱਪਰ ਆਜ ਕਿਸਾਨੋਂ ਕਾ ਇਤਨਾ ਬੜਾ ਜਮਾਵੜਾ ਲਗਾ ਹੁਆ ਹੈ, ਕੋਰੋਨਾ ਬੜੀ ਤੇਜ਼ੀ ਸੇ ਫੈਲ ਰਹਾ ਹੈ, ਮੁਝੇ ਉਨਕੋ ਵੀ ਕੋਰੋਨਾ ਸੇ ਬਚਾਨਾ ਹੈ। ਔਰ ਮੈਂ ਕੇਂਦਰੀ ਮੰਤਰੀ, ਕ੍ਰਿਸ਼ੀ ਮੰਤਰੀ ਸੇ ਮੈਂ ਪੱਤਰ ਵੀ ਲਿਖਨੇ ਵਾਲਾ ਹੂੰ ਕਿ ਬਾਤਚੀਤ ਕਾ ਸਿਲਸਿਲਾ ਦੁਬਾਰਾ ਸ਼ੁਰੂ ਕੀਆ ਜਾ ਸਕੇ, ਤਾਂ ਕਿ ਇਸ ਜਮਾਵੜੇ ਕੋ ਯਹਾਂ ਸੇ ਹਟਾਇਆ ਜਾ ਸਕੇ ਔਰ ਇਨਕੀ ਸਮੱਸਿਆ ਕਾ ਸਮਾਧਾਨ ਕੀਆ ਜਾ ਸਕੇ, ਕਿਉਂਕਿ ਸਭੀ ਸਮੱਸਿਆਓਂ ਕਾ ਸਮਾਧਾਨ ਬਾਤਚੀਤ ਸੇ ਹੀ ਨਿਕਾਲਾ ਜਾ ਸਕਦਾ ਹੈ। ਨਹੀਂ, ਹਮ ਬਿਲਕੁਲ ਜੋ ਪ੍ਰਧਾਨ ਮੰਤਰੀ ਜੀ ਨੇ ਜੋ ਆਦੇਸ਼ ਦੀਏ ਹੈ, ਹਮ ਉਨ ਪਰ ਵਿਚਾਰ ਕਰੇਂਗੇ ਔਰ ਕਾਰਵਾਈ ਕਰੇਂਗੇ। ਦੇਸ਼ ਵਿਦੇਸ਼ ਕੀ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲੀਏ ਸਬਸਕ੍ਰਾਈਬ ਕਰੇ ਸੱਚ ਕਹੂੰ, ਔਰ ਬੈਲ ਆਇਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।